ਗੰਜੇ ਸਿਰ ਵਾਲਿਆ ਗੰਜੇ ਸਿਰ ਵਾਲਿਆ ਦੋ ਵਾਰ ਬੋਲਿਆ ਮਜ਼ਾਕ ਕੀਤਾ ਪ੍ਰਭੂ ਦੇ ਦਾਸ ਦਾ ਪ੍ਰੋਫਿਟ ਦਾ ਉਹ ਪਰਮੇਸ਼ੁਰ ਦਾ ਦਾਸ ਪਰਮੇਸ਼ੁਰ ਦਾ ਜਨ ਸੀ ਉਹਦੇ ਦੁਆਰਾ ਪ੍ਰਭੂ ਮੁਰਦੇ ਜਿੰਦੇ ਕਰਦਾ ਸੀ ਮਰੈਕਲ ਹੁੰਦੇ ਸੀ ਬਹੁਤ ਵੱਡੇ ਕੰਮ ਹੁੰਦੇ ਸੀ ਔਰ ਉਹਨਾਂ ਕੀ ਕੀਤਾ ਮਜ਼ਾਕ ਬਾਬਾ ਜੀ ਲਿਖਿਆ ਜਦੋਂ ਪਿੱਛੇ ਭੌਂਕ ਉਹਨੇ ਸ਼ਰਾਬ ਦਿੱਤਾ ਉਹਨਾਂ ਨੂੰ ਉਸੇ ਵੇਲੇ ਦੇਖਿਆ ਕਿ ਬਣ ਦੇ ਵਿੱਚੋਂ ਦੋ ਰਿਸ਼ਨੀਆਂ ਨਿਕਲੀਆਂ ਉਹਨੇ 42 ਦੇ 42 ਮੁੰਡਿਆਂ ਨੂੰ ਪਾੜ ਦਿੱਤਾ ਮੇਰੇ ਜੀ ਸਾਥੀਓ ਜਿਹੜੇ ਤੁਸੀਂ ਪਾਸਟਰਾਂ ਨੂੰ ਮਜ਼ਾਕ ਕਰਦੇ ਜੀ ਇਹ ਬੰਦ ਕਰ ਦਿਓ ਪ੍ਰਭੂ ਦੇ ਦਾਸ ਨੇ ਤੁਹਾਡੇ ਲਈ ਪ੍ਰੇਰਨਾ ਕਰਦੇ ਅੱਜ ਪ੍ਰਭੂ ਦੇ ਦਾਸ ਪ੍ਰੇਰਨਾ ਕਰਦੇ ਧਰਤੀ ਟਿੱਕੀ ਆ ਪ੍ਰਭੂ ਦੇ ਦਾਸ ਰਾਤ ਦਿਨ ਪ੍ਰੇਰਨਾ ਕਰਦੇ ਆ ਇਬਰਾਨੀਆਂ 13:17 ਪੜ੍ਹੋ ਉੱਥੇ ਲਿਖਿਆ ਤੁਸੀਂ ਆਪਣੇ ਆਗੂਆਂ ਦੀ ਆਗਿਆ ਕਰੀ ਕਰੋ ਜਿਹੜੇ ਦਿਨ ਰਾਤ ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਹੁੰਦੇ ਜਿਸ ਸਰਹੱਦ 'ਤੇ ਫੌਜੀ ਸੌਂ ਜਾਏਗਾ ਨਾ ਤਾਂ ਪਿੰਡ ਸ਼ਹਿਰ ਲੁੱਟਿਆ ਜਾਏਗਾ ਇਹ ਫੌਜੀ ਰਾਤ ਜਾਗਦੇ ਪ੍ਰੇਰਨਾ ਵਾਸਤੇ ਕਰਦੇ ਨੇ ਪਰਮੇਸ਼ੁਰ ਦੇ ਨਾਮ 'ਚ ਤੁਸੀਂ ਆਰਾਮ ਨਾ ਸੌਂਦੇ ਜੀ ਜਿੰਨੇ ਭੈਣ ਭਾਈ ਇਸ ਵੀਡੀਓ ਨੂੰ ਦੇਖ ਰਹੇ ਆ ਕਦੀ ਵੀ ਕਿਸੇ ਦਾਸ ਨਾਲ ਮਜ਼ਾਕ ਨਾ ਉਡਾਓ ਕਿਸੇ ਦੀ ਖਿੱਲੀ ਨਾ ਉਡਾਓ ਮਜ਼ਾਕ ਨਾ ਕਰੋ ਕਿਸੇ ਨੂੰ ਬਹੁਤ ਸਾਰੇ ਹੱਸਦੇ ਆ ਪਰ ਮੇਰੇ ਅਜੀਤ ਸਾਥੀਓ ਕਦੀ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਪਰਮੇਸ਼ੁਰ ਦੇ ਦਾਸ ਨੇ ਜੋ ਗੈਰ ਭਾਸ਼ਾ ਬੋਲਦੇ ਕਿ ਗੈਰ ਭਾਸ਼ਾ ਤੋਂ ਹੱਸਦੇ ਆ ਮਜ਼ਾਕ ਕਰਦੇ ਆ ਸਾਂਗਾਂ ਲਾਉਂਦੇ ਨੇ ਘਰਾਂ ਦੇ ਵਿੱਚ ਪਰ ਪਰਮੇਸ਼ੁਰ ਤੁਹਾਨੂੰ ਸਜ਼ਾ ਦੇਵੇਗਾ ਔਰ ਬਚਨ ਦੀ ਲਿਖਤ ਨੇ ਜੋ ਕਹਿਤਾ ਕਿ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਬੋਲੇਗਾ ਉਹਦੀ ਕਦੀ ਵੀ ਮਾਫ਼ੀ ਨਹੀਂ ਪਾਪ ਬੇਟੇ ਦੇ ਵਿਰੁੱਧ ਬੋਲਿਆ ਤੁਸੀਂ ਮਾਫ਼ ਹੋ ਜਾਓਗੇ ਪਰ ਪਰਮੇਸ਼ੁਰ ਦਾ ਆਤਮਾ ਤੁਹਾਨੂੰ ਕਦੀ ਮਾਫ਼ ਨਹੀਂ ਕਰੇਗਾ ਬੁਰੀ ਸੁਸਾਇਟੀ ਵਿੱਚ ਜਿਹੜੇ ਰਹਿ ਰਹੇ ਨੇ ਉਹਨਾਂ ਵਾਸਤੇ ਪ੍ਰਾਰਥਨਾ ਸਪੈਸ਼ਲ ਕੀਤੀ ਜਾਏਗੀ ਕਿ ਪਰਮੇਸ਼ੁਰ ਇਹਨਾਂ ਨੂੰ ਤੂੰ ਬਦਲੇ ਜੋ ਨਸ਼ਿਆਂ ਤੋਂ ਪਰੇਸ਼ਾਨ ਹੈ ਸਾਡੇ ਇਲਾਕਿਆਂ 'ਚ ਨਸ਼ੇ ਵਿਕਦੇ ਸਾਡੇ ਬੱਚਿਆਂ ਨੂੰ ਨਸ਼ਿਆਂ 'ਤੇ ਲਾਇਆ ਜਾ ਰਿਹਾ ਸਾਡੇ ਬੱਚੇ ਗਲਤ ਸੁਸਾਇਟੀ ਵਿੱਚ ਹੈ ਔਰ ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਆ ਤੁਸੀਂ ਪ੍ਰੇਅਰ ਕਰੋ ਉਹਨਾਂ ਅੱਡਿਆਂ ਲਈ ਪ੍ਰੇਅਰ ਕਰੋ ਪ੍ਰਾਰਥਨਾ ਕਰੋ ਜਦ ਤੁਸੀਂ ਪ੍ਰਾਰਥਨਾ ਕਰੋਗੇ ਤੁਹਾਡੀ ਪ੍ਰਾਰਥਨਾ ਉਹਨਾਂ ਅੱਡਿਆਂ ਨੂੰ ਚੇਂਜ ਕਰੇਗੀ ਪੂਰੀ ਲਾਈਫ ਚੇਂਜ ਹੋਏਗੀ ਪੂਰਾ ਮਹੱਲਾ ਚੇਂਜ ਹੋਏਗਾ ਪੂਰਾ ਦੇਸ਼ ਚੇਂਜ ਹੋਏਗਾ ਜਦ ਪ੍ਰੇਅਰ ਕਰੋ ਗਾਲਾਂ ਦੇ ਨਾਲ ਕਦੀ ਮਹੱਲਾ ਚੇਂਜ ਨਹੀਂ ਹੁੰਦਾ ਗੁੱਸੇ ਦੇ ਨਾਲ ਕਦੀ ਮਹੱਲਾ ਚੇਂਜ ਨਹੀਂ ਹੁੰਦਾ ਚੁਗਲੀ ਕਰਨ ਦੇ ਨਾਲ ਕਦੀ ਮਹੱਲਾ ਚੇਂਜ ਨਹੀਂ ਹੁੰਦਾ ਜਦ ਪਰਮੇਸ਼ੁਰ ਦੇ ਜਦ ਸਪਿਰਿਟ ਦੇ ਵਿੱਚ ਡਾਟੋਗੇ ਦੁਸ਼ਟ ਆਤਮਾਵਾਂ ਨੂੰ ਉਹ ਬੁਰੀਆਂ ਸ਼ਕਤੀਆਂ ਨੂੰ ਉਸ ਚੀਜ਼ ਨੂੰ ਉਹ ਚੀਜ਼ਾਂ ਨੂੰ ਛੱਡ ਕੇ ਜਾਣਗੇ ਮਹੱਲੇ ਸਾਫ਼ ਹੋਣਗੇ ਤੁਹਾਡਾ ਕੈਰੀਅਰ ਸੇਮ ਨਹੀਂ ਰਹੇਗਾ ਤੁਸੀਂ ਸੇਮ ਨਹੀਂ ਰਹੋਗੇ ਇਸ ਕਰਕੇ ਅੱਜ ਦਾ ਪ੍ਰਭੂ ਦਾ ਬਚਨ ਇਹੀ ਸੀ ਕਿ ਜਦ ਤੱਕ ਜਹਾਵਾ ਹੀ ਨਾ ਘਰ ਬਣਾਵੇ ਅਤੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ ਤੁਹਾਡੀ ਮਿਹਨਤ ਕੀਤਾ ਕੁਝ ਨਹੀਂ ਜਦ ਤੱਕ ਪ੍ਰਭੂ ਬਲੈਸ ਨਹੀਂ ਕਰਦਾ ਜੀ ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ੁਰ ਦੇ ਘਰ ਵਿੱਚ ਦੇਣਾ ਨਹੀਂ ਚਾਹੁੰਦੇ ਪਰ ਉਹ ਡਾਕਟਰ ਦਾ ਘਰ ਭਰ ਰਹੇ ਆ ਉਹ ਥਾਣਿਆਂ ਦਾ ਘਰ ਭਰ ਰਹੇ ਆ ਉਹਨਾਂ ਦੇ ਕੇਸ ਉੱਪਰ ਪੈ ਰਹੇ ਆ ਗਲਤ ਕੰਮ ਹੋ ਰਹੇ ਕਿਉਂਕਿ ਪਰਮੇਸ਼ੁਰ ਦੇ ਘਰ ਦੇਣਾ ਬੰਦ ਕੀਤਾ ਉਹ ਜੋਇਲ ਫਸਟ ਅਧਿਆਇ ਪੜ੍ਹ ਕੇ ਲਿਖੋ ਜੋਇਲ ਦੀ ਕਿਤਾਬ ਪੜ੍ਹੋ ਕੀ ਪਰਮੇਸ਼ੁਰ ਦਾ ਬਚਨ ਸਾਨੂੰ ਸਿਖਾਉਂਦਾ ਅੱਜ ਬਚਨ ਨਾ ਹੋਣ ਦਾ ਕਰਕੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਬਹੁਤ ਸਾਰੇ ਲੋਕ ਕੀ ਕਹਿੰਦੇ ਆ ਕਿ ਪੈਸਾ ਜਿਹੜਾ ਪਾਸਟਰ ਨੂੰ ਚਾਹੀਦਾ ਪਵਿੱਤਰ ਆਤਮਾ ਉਹਨਾਂ ਨੂੰ ਮੂਰਖ ਦੱਸਦਾ ਕਿ ਮੂਰਖ ਲੋਕ ਨੇ ਇਹ ਗੱਲ ਕਹਿੰਦੇ ਪਾਸਟਰ ਨੂੰ ਪੈਸਾ ਨਹੀਂ ਚਾਹੀਦਾ ਉਹ ਪੈਸਾ ਪਾਸਟਰ ਦੇ ਵਾਸਤੇ ਨਹੀਂ ਹੈ ਅੱਜ ਬਹੁਤ ਸਾਰੇ ਲੋਕ ਜਦ ਚਰਚਾਂ ਵਿੱਚ ਜਾਂਦੇ ਉਹਨਾਂ ਨੂੰ ਦਰੀਆਂ ਦਿੱਤੀਆਂ ਜਾਂਦੀਆਂ ਦਰੀਆਂ ਦੇ ਸੰਗਤ ਬੈਠਦੀ ਹੈ ਸਾਉਂਡ ਕਲੀਸੀਆ ਵਾਸਤੇ ਲੱਗਦਾ ਚਾਨਣੀ ਕਲੀਸੀਆ ਦੇ ਵਾਸਤੇ ਲੱਗਦੀ ਏ ਟੂ ਜੈਡ ਸਾਰਾ ਕੰਮ ਕਲੀਸੀਆ ਲਈ ਆ ਅਤੇ ਪਾਸਟਰ ਕੀ ਕਰਦਾ ਉਸ ਪੈਸੇ ਦਾ ਅੱਜ ਬਹੁਤ ਸਾਰੇ ਲੋਕ ਜਿਹੜੇ ਬੋਲਣ ਦੇ ਨਾਲ ਹੀ ਸ਼ਰਾਫੀ ਹੋ ਜਾਂਦੇ ਆ ਸ਼ਰਾਫੀ ਹੋ ਜਾਂਦੇ ਨੇ ਉਹ ਬੋਲਣ ਦੇ ਨਾਲ ਜਦ ਬੋਲਣਗੇ ਕੁਛ ਨਾ ਕੁਛ ਜ਼ਰੂਰ ਰੱਬ ਕੋਲ ਮਿਲਣਗੇ ਮੇਰੇ ਜੀ ਸਾਥੀ ਉਹ ਕਦੀ ਵੀ ਦਾਸਾਂ ਦੇ ਵਿਰੁੱਧ ਨਾ ਬੋਲੋ ਉਹ ਪ੍ਰਭੂ ਦੇ ਠਹਿਰਾਏ ਹੋਏ ਨੇ ਔਰ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਸ਼ੌਲ ਜਦ ਦਾਊਦ ਨੂੰ ਮਾਰਨ ਵਾਸਤੇ ਗਿਆ ਉਹ ਬਹੁਤ ਵਾਰ ਇਸ ਪ੍ਰਭੂ ਦਾ ਵਚਨ ਪੜਿਆ ਕਿ ਜਦ ਉਸਨੂੰ ਮਾਰਨ ਵਾਸਤੇ ਗਿਆ ਅਤੇ ਜਿਸ ਜਗ੍ਹਾ 'ਤੇ ਉਹਨੇ ਆਪਣੇ ਘੋੜੇ ਆਪਣੇ ਰੱਥ ਲਾਏ ਸੀ ਦੱਸਿਆ ਕਿ ਦੋਧ ਔਰ ਦੋਧ ਦੇ ਨਾਲ ਉਹਦਾ ਇੱਕ ਦੋਸਤ ਉਹਦੇ ਨਾਲ ਉਹਦੇ ਪਿੱਛੇ ਪਿੱਛੇ ਗਏ ਆ ਜਦ ਪਿੱਛੇ ਪਿੱਛੇ ਜਾ ਰਹੇ ਆ ਅਤੇ ਜਿਸ ਜਗ੍ਹਾ 'ਤੇ ਉਹ ਸੁੱਤਾ ਸੀ ਉਸ ਜਗ੍ਹਾ 'ਤੇ ਦੱਸਿਆ ਕਿ ਉਹ ਰੱਥ ਉਹ ਘੋੜੇ ਉਹ ਜਗ੍ਹਾ 'ਤੇ ਉਹ ਬਰਛੀ ਰੱਖ ਕੇ ਲੰਮੇ ਪਿਆ ਵਾ ਉਹਦੇ ਨਾਲ ਜਿਹੜਾ ਉਹਦਾ ਮਿੱਤਰ ਸੀ ਉਹਨੇ ਕੀ ਆਖਿਆ ਕਿ ਇਹਦੀ ਬਰਛੀ ਫੜ ਕੇ ਉਹਨੂੰ ਮਾਰਤੀ ਅਤੇ ਬਾਈਬਲ 'ਚ ਲਿਖਿਆ ਦੋਧ ਨੇ ਕੀ ਬੋਲਿਆ ਕਿ ਨਾ ਇਹ ਪ੍ਰਭੂ ਦਾ ਮਸਾ ਕੀਤਾ ਆ ਵਾ ਇਹਨੂੰ ਮੈਂ ਨਹੀਂ ਮਾਰ ਸਕਦਾ ਇਹਨੂੰ ਮੈਂ ਨਹੀਂ ਮਾਰਾਂਗਾ ਇਸ ਕਰਕੇ ਮੇਰੇ ਜੀ ਸਾਥੀਓ
ਆਪਾਂ ਕਦੀ ਵੀ ਕਿਸੇ ਦਾਸ ਦੇ ਵਿਰੁੱਧ ਨਹੀਂ ਬੋਲਣਾ। ਸਾਰੇ ਖੁਦਾ ਦੇ ਜਨ ਨੇ, ਪ੍ਰਭੂ ਦੇ ਦਾਸ ਨੇ। ਪ੍ਰਭੂ ਨੇ ਉਹਨਾਂ ਨੂੰ ਠਹਿਰਾਇਆ ਵਾ, ਚਾਹੇ ਉਹਨਾਂ ਕੋਲ 10 ਲੋਕ ਆ, ਚਾਹੇ ਉਹਨਾਂ ਕੋਲ 5 ਲੋਕ ਆ, ਚਾਹੇ ਉਹਨਾਂ ਕੋਲ 15 ਲੋਕ ਆ, ਚਾਹੇ ਉਹਨਾਂ ਕੋਲ 50,000 ਲੋਕ ਆ, ਚਾਹੇ ਤੁਹਾਡੇ ਕੋਲ 250 ਲੋਕ, ਚਾਹੇ 200 ਲੋਕ, ਤੁਸੀਂ ਕਿਸੇ ਨੂੰ ਮਜ਼ਾਕ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਅਲੱਗ ਕੀਤੇ ਹੋਏ ਲੋਕ ਨੇ। ਪਲੂਸ ਕਹਿੰਦਾ ਤੁਹਾਡਾ ਇੱਕ ਨਮੂਨਾ ਹੋਣਾ ਚਾਹੀਦਾ, ਸਾਡਾ ਇੱਕ ਨਮੂਨਾ ਹੋਣਾ ਚਾਹੀਦਾ। ਜਦ ਤਮੋਤੀ ਇਸ 3 ਦੇ ਪੜ੍ਹਦੇ ਤਾਂ ਸੇਵਕ ਦੇ ਚਾਲ ਚੱਲਣ ਦੱਸੇਗਾ ਕਿ ਸੇਵਕ ਦੇ ਚਾਲ ਚੱਲਣ ਕਿੱਦਾਂ ਦੇ ਹੋਣੇ ਚਾਹੀਦੇ। ਜੇ ਸਾਡਾ ਸਿਖਾਉਣ ਵਾਲਾ ਹੀ ਮਜ਼ਾਕੀ ਹੈ ਤਾਂ ਫਿਰ ਅਸੀਂ ਕਿੱਦਾਂ ਦੇਵਾਂਗੇ। ਜਿਹੋ ਜਿਹਾ ਗੁਰੂ ਹੋ ਜਾ ਚੇਲਾ ਅਤੇ ਦੋਵੇਂ ਠੇਲ ਮਠੇਲਾ, ਇਹ ਨਹੀਂ ਬਣਨਾ ਮੇਰੇ ਭੈਣ ਭਾਈ। ਜਿਸ ਤਰ੍ਹਾਂ ਕੱਲ੍ਹ ਮੈਂ ਵਚਨ ਦੇ ਵਿੱਚ ਲਿਖਿਆ ਸੀ, ਜਦ ਬੋਲਿਆ ਸੀ ਕੱਲ੍ਹ ਜਦੋਂ ਅਸੀਂ ਜ਼ਬੂਰ 2 ਉਹਦੀ 11 ਪੜ੍ਹਦੇ, ਉੱਥੇ ਲਿਖਿਆ ਭੈਣ ਵਾਲੇ ਜਾਂ ਹਵਾ ਦੀ ਸੇਵਾ ਕਰੋ ਅਤੇ ਕੰਬਦੇ ਖੁਸ਼ੀ ਕਰੋ। ਖੁਸ਼ੀ ਜਿਹੜੀ ਕੰਬਦੇ ਕਰੋ। ਅੱਜ ਬਹੁਤ ਸਾਰੇ ਲੋਕ ਆ ਜਦੋਂ ਬੱਚਾ ਹੁੰਦਾ ਉਹਦੇ ਭੁੱਲ ਜਾਂਦੇ ਆ, DJ ਲਾ ਲੈਂਦੇ ਆ, ਸਭ ਕੁਛ ਕਰ ਲੈਂਦੇ ਆ, ਫਿਰ ਪੰਗਾ ਪੈ ਜਾਂਦਾ ਵਾ। ਬੜੀ ਦੇਰ ਦੀ ਗੱਲ ਆ, ਖੁਦਾ ਦਾ ਦਾਸ ਸੀ ਕਿਸੇ ਦੇ ਘਰ ਮੀਟਿੰਗ ਕਰਨ ਵਾਸਤੇ ਗਿਆ, ਉਹਨੇ ਬੋਲਿਆ ਕਿ ਇਹ ਸਾਊਂਡ DJ ਆਪਣੇ ਘਰ ਨਹੀਂ ਲਾਉਣਾ। ਉਹਨਾਂ ਕਿਹਾ ਹਾਂ ਸੰਤ ਜੀ ਨਹੀਂ ਲਾਵਾਂਗੇ। ਮੀਟਿੰਗ ਹੋ ਗਈ, ਪ੍ਰਭੂ ਦਾਸ ਉਹ ਜਗ੍ਹਾ ਤੋਂ ਅਜੇ ਆਪਣੇ ਘਰ ਵਾਪਸ ਆਇਆ, ਉਹਨੇ ਪਿੱਛੇ ਸਾਊਂਡ ਲਗਾ ਦਿੱਤਾ। 12 ਵਜੇ ਸਾਊਂਡ ਚੱਲਿਆ, 12 ਵਜੇ ਤਾਰੂ ਚੱਲੀ, ਡਰਿੰਕ ਚੱਲੀ, ਉਲਟ ਪੁਲਟ ਕੰਮ ਚੱਲੇ, ਸ਼ੈਤਾਨੀ ਮਾਹੌਲ ਬਣਿਆ। ਜਦ ਸ਼ੈਤਾਨੀ ਮਾਹੌਲ ਬਣਿਆ ਤਾਂ ਸੱਟਾਂ ਲਾਤੀਆਂ, ਲੜ ਝਗੜ ਕੇ ਸੱਟਾਂ ਲੱਗ ਗਈਆਂ। 12 ਵਜੇ ਫੋਨ ਆਇਆ, 12 ਵਜੇ ਸਰ ਪਾਸਟਰ ਜੀ ਨੂੰ ਫੋਨ ਕੀਤਾ। ਰਾਤ ਪਾਸਟਰ ਜੀ ਫੋਨ 'ਚ ਕਿਹਾ ਤਾਂ ਵਿੱਚ ਹਾਏ 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 ਦੀ ਆਵਾਜ਼ਾਂ ਆਉਣੀ, ਚੀਕਾਂ ਵੱਜ ਰਹੀਆਂ। ਪਾਸਟਰ ਜੀ ਪ੍ਰੇਅਰ ਕਰਿਓ, ਪ੍ਰੇਅਰ ਕਰਿਓ। ਕਹਿੰਦਾ ਮੈਂ ਤੁਹਾਨੂੰ, ਪਾਸਟਰ ਜੀ ਨੇ ਕਿਹਾ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਬੁਰਾ ਮਾਹੌਲ ਸ਼ੈਤਾਨੀ ਆਪਣੇ ਘਰ ਨਹੀਂ ਬਣਾਉਣਾ। ਪਾਸਟਰ ਜੀ ਕਹਿੰਦੇ ਮੈਂ ਅਰੇ ਸਕੂਟਰ ਲੈ ਕੇ ਬਾਹਰ ਹੀ ਨਿਕਲਿਆ, ਤੁਸੀਂ ਕਿੱਕਰ ਵਾਜਾ ਲਾ ਵੀ ਦਿੱਤਾ ਸੀ। ਮਰਜ਼ੀ ਆਪਣੀ ਲੋਕਾਂ ਦੀ, ਸੱਟਾਂ ਲਵਾ ਲਈਆਂ, ਬੁਰਾ ਹਾਲ ਕਰਾ ਲਿਆ। ਕਿਉਂ? ਕਿਉਂਕਿ ਮੰਨੀ ਨਹੀਂ, ਅੱਜ ਵੀ ਨਹੀਂ ਮੰਨਦੇ। ਅੱਜ ਵੀ ਕਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਨਾਰਾਜ਼ ਕਰ ਲਈ, ਆਪਣੀ ਭੂਆ ਨੂੰ ਨਾਰਾਜ਼ ਕਰ ਲਈ, ਫੁੱਫੜ ਨੂੰ ਨਾਰਾਜ਼ ਕਰ ਲਈ, ਬਣਾਓ ਸ਼ੈਤਾਨੀ ਮਾਹੌਲ। ਜਿਸ ਘਰ ਦੇ ਵਿੱਚ ਸ਼ਾਦੀ ਹੈ, ਬਹੁਤ ਸਾਰੇ ਲੋਕ ਜਿਹੜੇ ਪ੍ਰਭੂ ਦੇ ਨਾਲ ਚੱਲਦੇ ਆ, ਉਹ 7 ਦਿਨ ਗਾਉਣ ਲਈ, 7 ਦਿਨ ਬੰਦਗੀ ਕਰਵਾਉਂਦੇ ਆਪਣੇ ਘਰ, ਪ੍ਰੇਅਰ ਕਰਵਾਉਂਦੇ ਆ ਆਪਣੇ ਘਰ 'ਚ, ਔਰ ਪ੍ਰਭੂ ਹਰ ਬਲੈਸਿੰਗ ਉਸ ਘਰ ਦੇ ਵਿੱਚ ਦਿੰਦਾ। ਉਹ ਬਲੈਸ ਜੋੜੀ ਹੁੰਦੀ ਹੈ। ਮੇਰੇ ਅਜੀਤ ਸਾਥੀਓ, ਵੇਖੋ ਬਾਈਬਲ ਪੜ੍ਹੋ, ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਸੰਤ ਮੂਸਾ ਦੇ ਬਾਰੇ, ਸੰਤ ਅਬਰਾਹਮ ਦੇ ਬਾਰੇ ਦੇਖਦੇ ਹਾਂ, ਉਹਨੇ ਆਪਣੇ ਆਪ ਨੂੰ ਅਲੱਗ ਕੀਤਾ, ਉਹਨੇ ਕਿਸੇ ਦੀ ਗੱਲ ਨਹੀਂ ਮੰਨੀ। ਜੋ ਕਿਸੇ ਦੀ ਗੱਲ ਮੰਨਦਾ ਤਾਂ ਉਹ ਮਾਨਦਾਰਾਂ ਦਾ ਬਾਪ ਨਹੀਂ ਕਦੀ ਬਣ ਸਕਦਾ। ਅੱਜ ਬਹੁਤ ਸਾਰੇ ਲੋਕ ਆ ਵਿਆਹ ਦੇ ਵਿੱਚ, ਲੋਕ ਸਾਡੇ ਵਾਲੀ ਦੇਖਣ, ਸਭ ਤੋਂ ਮਹਿੰਗੇ ਕੱਪੜੇ ਹੀ ਪਾਈਏ। ਪਰ ਮੇਰੇ ਜੀਤ ਸਾਥੀ, ਤੁਸੀਂ ਆਪਣੇ ਆਪ ਨੂੰ ਗਰੀਬ ਆਪ ਬਣਾਇਆ। ਤੁਸੀਂ ਮਾੜੇ ਕੱਪੜੇ ਪਾ ਲਓਗੇ, ਤੁਹਾਨੂੰ ਇਹ ਨਾ ਸੋਚੋ। ਤੁਸੀਂ ਲੋਕ ਵਿਖਾਵਾ ਨਾ ਕਰੋ, ਲੋਕ ਵਿਖਾਵਾ ਕਰਦੇ ਕਰਦੇ ਤੁਸੀਂ ਆਪਣਾ ਬੁਰਾ ਹਾਲ ਕਰ ਲਓਗੇ। ਅੱਜ ਬਹੁਤ ਸਾਰੇ ਲੋਕ ਆ ਜਿਹੜੇ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਆ। ਜੋ ਪਾਸ ਜੇ ਮੰਨ ਲਓ ਵਿਸ਼ਵਾਸੀ ਆ, ਉਹਨੇ ਆਪ ਸ਼ਰਾਬ ਨਹੀਂ ਪੀਤੀ ਤਾਂ ਉਹਨੇ ਸ਼ਰਾਬ ਪਿਆ ਦਿੱਤੀ ਹੈ। ਬਾਈਬਲ 'ਚ ਕੀ ਲਿਖਿਆ ਵਾ? ਸਾਡਾ ਇੱਕ ਨਮੂਨਾ ਹੋਣਾ ਚਾਹੀਦਾ। ਸੰਸਲੂਕੀਆਂ ਦੀ ਕਿਤਾਬ ਜਸ 2 ਅਧਿਆਏ ਪਰ ਉਸ ਲਿਖਿਆ ਕਿ ਅਸੀਂ ਸਿਰਫ ਆਪਣੇ ਪ੍ਰਭੂ ਨੂੰ ਖੁਸ਼ ਕਰਨਾ ਵਾ, ਅਸੀਂ ਹੋਰ ਕਿਸੇ ਨੂੰ ਖੁਸ਼ ਨਹੀਂ ਕਰਨਾ। ਆਪਾਂ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ, ਇਹਨਾਂ ਨੂੰ ਖੁਸ਼ ਕਰੋਗੇ ਤਾਂ ਪਰਮੇਸ਼ੁਰ ਕਦੀ ਵੀ ਤੁਹਾਡੇ ਨਾਲ ਖੁਸ਼ ਨਹੀਂ ਹੋਏਗਾ। ਇਹਨਾਂ ਨੂੰ ਖੁਸ਼, ਸਿਰਫ ਪਰਮੇਸ਼ੁਰ ਨੂੰ ਖੁਸ਼ ਕਰੋ। ਪਰਮੇਸ਼ੁਰ ਨੂੰ ਖੁਸ਼ ਕਿੱਦਾਂ ਕਰ ਸਕਦੇ ਹਾਂ? ਉਹਦੀ ਮਰਜ਼ੀ ਨੂੰ ਪੂਰਾ ਕਰਕੇ, ਉਹਦੀ ਇੱਛਾਵਾਂ ਨੂੰ ਪੂਰਾ ਕਰਕੇ। ਸਾਡੇ ਜੀਵਨ ਦੇ ਵਿੱਚ ਪ੍ਰਭੂ ਦੀ ਇੱਛਾ ਹੋਣੀ ਚਾਹੀਦੀ। ਇਸ ਕਰਕੇ ਅੱਜ ਦਾ ਮੈਸੇਜ ਇਹੀ ਸੀ ਕਿ ਸਾਡੇ ਜੀਵਨ ਦੇ ਅੰਦਰ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ, ਔਰ ਫਸਟ ਫੇਅਰ ਕਿ ਜਦ ਤੱਕ ਜਹਾਵਾ ਹੀ ਨਾ ਘਰ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਉਹ ਅਸੀਂ ਪ੍ਰੇਅਰ ਕਰਨ ਵਾਸਤੇ ਜਾ ਰਹੇ। ਪ੍ਰਭੂ ਯਿਸੂ ਮਸੀਹ, ਤੁਹਾਡਾ ਮੈਂ ਧੰਨਵਾਦ ਕਰਦਾ, ਤੁਹਾਡੀ ਤਾਰੀਫ ਕਰਦਾ। ਪ੍ਰਭੂ ਇਸ ਮੈਸੇਜ ਵਾਸਤੇ ਮੈਂ ਤੁਹਾਡੀ ਤਾਰੀਫ ਕਰਦਾ, ਜੋ ਤੁਸੀਂ ਮੇਰੇ ਮਨ ਵਿੱਚ ਪਾਇਆ ਕਿ ਅੱਜ ਮੈਂ ਫਿਰ ਇਸ ਜਗ੍ਹਾ 'ਤੇ ਬੈਠ ਕੇ ਪ੍ਰਭੂ ਤੁਹਾਡਾ ਵਚਨ ਸ਼ੇਅਰ ਕਰ ਸਕਾਂ, ਆਪਣੇ ਬ੍ਰਦਰ, ਆਪਣੀ ਸਿਸਟਰ ਦੇ ਨਾਲ, ਆਪਣੇ ਵਿਊਸ ਦੇ ਨਾਲ। ਔਰ ਪਰਮੇਸ਼ਰ, ਜੋ ਪ੍ਰਭੂ ਜੀ ਮੈਨੂੰ ਦੇਖ ਰਹੇ ਨੇ, ਪ੍ਰਭੂ ਤੁਹਾਡਾ ਆਤਮਾ ਛੂ ਹੈ ਇਹਨਾਂ ਨੂੰ, ਜਿੰਨਾ ਅੱਜ ਦੇ ਬੱਚੇ ਨੂੰ ਸੁਣਿਆ, ਇਹਨਾਂ ਦੇ ਜੀਵਨ ਆਸ਼ੀਸ਼ਿਤ ਹੋ ਜਾਣ, ਬਲੈਸ ਹੋ ਜਾਣ ਮੇਰੇ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਪ੍ਰਭੂ, ਸਾਡੀ ਬੇਨਤੀ ਸੁਣੇ, ਕਬੂਲ ਕਰੇ, ਯਿਸੂ ਕੇ ਨਾਮੇ ਆਮੀਨ।
ਆਮੀਨ ਆਮੀਨ। ਠੀਕ ਹੈ ਭੈਣ ਭਾਈ, ਸਭ ਨੂੰ ਫਿਰ ਤੋਂ ਜੈ ਮਸੀਹ ਦੀ। ਫਿਰ ਪ੍ਰਭੂ ਦਾ ਆਤਮਾ ਮੈਨੂੰ ਮੇਰੇ ਮਨ 'ਚ ਪਾਵੇਗਾ ਅਤੇ ਮੈਂ ਅਗਲੇ ਵਚਨ ਫਿਰ ਤੁਹਾਡੇ ਨਾਲ ਸਾਂਝੇ ਕਰਾਂਗੇ। ਔਰ ਜੇ ਬੋਲਣ ਵਿੱਚ ਮੇਰੇ ਕੋਈ ਮਿਸਟੇਕ ਹੋ ਜਾਏਗੀ, ਮੈਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹੱਥ ਵਿੱਚ ਦੇ ਕੇ ਔਰ ਆਪਣੇ ਜਿੰਨੇ ਬ੍ਰਦਰ ਸਿਸਟਰ ਉਹਨਾਂ ਕੋਲ ਵੀ ਮਾਫ਼ੀ ਮੰਗਦਾ ਜੇ ਮੇਰੇ ਕੋਲ ਗਲਤ ਸ਼ਬਦ ਮੂੰਹ 'ਚੋਂ ਨਿਕਲਿਆ ਹੋਵੇ, ਮੈਨੂੰ ਮਾਫ਼ ਕਰਨਾ। ਔਰ ਇਸੇ ਤਰ੍ਹਾਂ ਅਸੀਂ ਚੈਨਲ ਦੇ ਨਾਲ ਬਣੇ ਰਹਾਂਗੇ ਔਰ ਪਰਮੇਸ਼ੁਰ ਦਾ ਆਤਮਾ ਸਾਨੂੰ ਹਰ ਰੋਗ ਤੋਂ ਹਰ ਬੁਰਾਈ ਤੋਂ ਚੰਗਾ ਕਰੇਗਾ। ਔਰ ਇੱਕ ਮੈਂ ਮੈਸੇਜ ਦੇਣਾ ਚਾਹੁੰਦਾ, ਅਕਤੂਬਰ 12 ਤਰੀਕ ਦਿਨ ਸ਼ੁੱਕਰਵਾਰ ਨੂੰ ਇੱਕ ਅਸੀਂ ਮੀਟਿੰਗ ਵੱਡੇ ਨਾਗਾਂ ਦੇ ਵਿੱਚ ਕਰਵਾ ਰਹੇ ਹਾਂ ਔਰ ਕਰੂਸੇਡ ਕਰਨ ਵਾਸਤੇ ਜਾ ਰਹੇ ਹਾਂ। ਉਹਦੇ ਵਿੱਚ ਬਹੁਤ ਸਾਰੇ ਪਰਮੇਸ਼ੁਰ ਵੱਡੇ ਕੰਮ ਕਰੇਗਾ ਔਰ ਜਿੰਨੇ ਵੀ ਮੇਰੇ ਬ੍ਰਦਰ ਔਰ ਸਿਸਟਰ ਮੈਨੂੰ ਦੇਖ ਰਹੇ ਨੇ, ਪਿੰਡ ਨਾਕਲਾਂ ਦੇ ਵਿੱਚ ਚੰਦੀ ਪੈਲਸ ਮੇਨ ਰੋਡ ਮਜੀਟਾ ਰੋਡ 'ਤੇ ਅਸੀਂ ਮੀਟਿੰਗ ਕਰਦੇ ਹਾਂ ਔਰ ਪਰਮੇਸ਼ੁਰ ਦਾ ਆਤਮਾ ਤੁਹਾਨੂੰ ਆਜ਼ਾਦ ਕਰੇਗਾ। ਤੁਸੀਂ ਉਹ ਜਗ੍ਹਾ 'ਤੇ ਆਓਗੇ ਔਰ ਪ੍ਰਭੂ ਦੇ ਵੱਡੇ ਕੰਮਾਂ ਨੂੰ ਵੇਖੋਗੇ। ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੂ ਜਗ੍ਹਾ 'ਤੇ ਬਹੁਤ ਵੱਡੇ ਕੰਮ ਕਰਨ ਵਾਸਤੇ ਜਾ ਰਿਹਾ। ਸਾਰਿਆਂ ਨੂੰ ਜੈ ਮਸੀਹ ਦੀ। ਸਭ ਨੂੰ ਪਰਮੇਸ਼ੁਰ ਵਿੱਚ ਮੈਂ ਸਲਾਮ ਬੋਲਦਾ ਔਰ ਆਮੀਨ ਬੋਲਦਾ। ਆਮੀਨ ਆਮੀਨ ਆਮੀਨ।